ਅੱਜ ਕੱਲ੍ਹ ਬਈ ਦੁਨੀਆ 'ਚ ਦੁੱਖ ਬਹੁਤ ਜ਼ਿਆਦਾ, ਅਤੇ ਜੇ ਤੁਸੀਂ ਕਿਸੇ ਨੂੰ ਹਸਾ ਰਹੇ ਹੋ ਤਾਂ ਪੈਸਿਆਂ ਤੋਂ ਜ਼ਿਆਦਾ ਮੈਨੂੰ ਲੱਗਦਾ ਉਹ ਪੁੰਨ ਦਾ ਕੰਮ ਆ, ਹੈ ਨਾ। ਉਹ ਕਿਹਾ ਜਾਂਦਾ ਹੈ ਨਾ ਕਿ ਕੋਈ ਬਿਮਾਰ ਵੀ ਹੁੰਦਾ ਅਤੇ ਬਿਮਾਰ ਅੱਜ ਕੱਲ੍ਹ ਡਾਕਟਰ ਪਰਚੀ 'ਤੇ ਲਿਖਦਾ ਕਪਿਲ ਸ਼ਰਮਾ ਸ਼ੋਅ ਦੇਖੋ ਤੁਸੀਂ ਠੀਕ ਹੋਵੋਗੇ। ਸਾਡਾ ਵਿਜ਼ਨ ਕਲੀਅਰ ਹੁੰਦਾ ਕਿ ਅਸੀਂ ਕੀ ਕਰਨਾ, ਅਤੇ ਫਿਰ ਅਸੀਂ ਕਰਕੇ ਦਿਖਾਈ ਦਾ ਉਹਦੇ ਵਿੱਚ ਕਰਨਾ ਪੈਂਦਾ, ਠੀਕ ਹੈ। ਜੇ ਅਸੀਂ ਘਰ ਦੇ ਤੋਂ ਪਰਮਿਸ਼ਨ ਲਈ ਹੈ ਕਿ ਮੈਂ ਜੀ ਸੀਏ ਨਹੀਂ ਬਣਨਾ, ਮੈਂ ਕਲਾਕਾਰ ਬਣਨਾ, ਭਾਈ ਫਿਰ ਤੁਹਾਨੂੰ ਪ੍ਰੂਵ ਕਰਨਾ ਪੈਣਾ। ਮੈਂ ਇੱਕ ਦੋ ਵਾਰੀ ਜੋਬ ਕਰਨ ਦੀ ਕੋਸ਼ਿਸ਼ ਵੀ ਕੀਤੀ, ਅਤੇ ਇੱਕ ਵਾਰੀ ਮੈਂ ਅਕਾਊਂਟਸ 'ਚ ਜੋਬ ਕਰਨ ਲੱਗ ਪਿਆ, ਅਸਿਸਟੈਂਟ ਅਕਾਊਂਟੈਂਟ ਲੱਗ ਗਿਆ, ਅਤੇ ਮੈਂ ਉੱਥੇ ਬੈਠਾ ਵੀ ਸਕ੍ਰਿਪਟਾਂ ਲਿਖੀ ਜਾਣੀਆਂ, ਕੁਛ ਨਾ ਕੁਛ ਵੀਡੀਓ ਬਣਾਈ ਜਾਣੀ, ਕੁਛ ਨਾ ਕੁਛ ਕਰੀ ਜਾਣਾ। ਕਿ ਤੁਹਾਨੂੰ ਕਿਸੇ ਨੇ ਫੋਨ ਕਰਤਾ, ਹਾਂਜੀ ਭਾਅ ਜੀ ਕਿ ਤੁਹਾਡਾ ਫਿਲਮ ਦੇ ਵਿੱਚ ਰੋਲ ਪੱਕਾ ਆ, ਤੁਸੀਂ ਕੱਲ੍ਹ ਆਉਣਾ, ਤੁਹਾਨੂੰ ਰਾਤ ਨੂੰ ਫੋਨ ਆਇਆ। ਹੋ ਸਕਦਾ ਭਾਅ ਜੀ ਰਾਤੋਂ ਰਾਤ ਕੀ ਗੇਮ ਘੁੰਮ ਜੇ, ਸਵੇਰੇ ਕਿਸੇ ਨੂੰ ਬੁਲਾ ਲੈਣ, ਉਹਦਾ ਕੁਛ ਨਹੀਂ ਕਿਹਾ ਜਾ ਸਕਦਾ। ਇੰਡਸਟਰੀ ਭਾਅ ਜੀ ਇੱਦਾਂ ਆ, ਅਨਸਰਟੇਨ ਆ ਬਹੁਤ ਜ਼ਿਆਦਾ, ਮਤਲਬ ਇਨਸਰਟੇਨਿਟੀ ਹੈ ਹੀ ਨਹੀਂ। ਭਾਅ ਜੀ ਤੁਹਾਡੇ ਆਪਣੇ ਉਸਤਾਦ ਨਾਲ 100 ਗਿਲੇ ਸ਼ਿਕਵੇ ਹੋਣ, ਜੋ ਮਰਜ਼ੀ ਹੋਵੇ, ਕੁਛ ਵੀ ਹੋਵੇ, ਪਰ ਉਸਤਾਦ ਨੇ ਉਸਤਾਦ ਹੀ ਰਹਿਣਾ। ਤੁਸੀਂ ਜਿਹਦੇ ਕੋਲ ਕੰਮ ਸਿੱਖਿਆ ਆ ਉਹਨੂੰ ਨਹੀਂ ਕਦੀ ਨਕਾਰਨਾ ਬਾਈ, ਉਹ ਤੁਹਾਨੂੰ ਜਿੱਥੇ ਮਿਲਦਾ ਉਹਨੂੰ ਪੈਰੀ ਹੱਥ ਲਾਓ। ਜੀ ਮੈਂ ਬਹੁਤ ਉੱਚੇ ਮੁਕਾਮ 'ਤੇ ਵੀ ਚਲਾ ਜਾਊਂਗਾ ਨਾ, ਅਤੇ ਮੈਂ ਮੰਨੂੰਗਾ ਹੀ ਨਹੀਂ ਮੈਂ ਕਿਸੇ ਮੁਕਾਮ 'ਤੇ ਹਾਂ। ਮੈਂ ਹਾਲੇ ਵੀ ਨਹੀਂ ਮੰਨਦਾ ਮੈਂ ਕਿਸੇ ਮੁਕਾਮ 'ਤੇ ਹਾਂ, ਮੈਂ ਕੁਛ ਕੀਤਾ ਹੀ ਨਹੀਂ ਭਾਅ ਜੀ, ਹਾਲੇ ਵੀ ਕੁਛ ਨਹੀਂ ਕੀਤਾ। ਜਦੋਂ ਬਹੁਤ ਜ਼ਿਆਦਾ ਕਰ ਲੂੰਗਾ ਉਦੋਂ ਵੀ ਭਾਅ ਜੀ ਕੁਛ ਨਹੀਂ ਕੀਤਾ। ਮੈਂ ਉਹ ਫੋਟੋਆਂ ਫੇਮਸ ਹੋਣਾ ਉਹ ਦੌਰ ਨੂੰ ਉਹ ਨਹੀਂ ਗਿਣਦਾ, ਮੈਂ ਚਾਹੁੰਦਾ ਕਿ ਮੈਂ ਇੰਨਾ ਕੁ ਕੰਮ ਕਰ ਜਾਵਾਂ ਤਾਂ ਕਿ ਮੇਰੇ ਬਾਰੇ ਲੋਕ ਗੱਲ ਕਰਨ ਕਿ ਉਹ ਬੰਦੇ ਨੇ ਕੰਮ ਕੀਤਾ ਸੀ। ਖੁਸ਼ੂ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਤੁਹਾਡਾ ਆਪਣਾ ਵੀਰ ਟੀਟੂ ਰਾਵਤ। ਆਓ ਤੁਹਾਨੂੰ ਅੱਜ ਮਿਲਾਉਂਦੇ ਹਾਂ ਕੁਨਾਲ ਚੱਡਾ ਜੀ ਦੇ ਨਾਲ, ਜੋ ਕਿ ਰਾਈਟਰ ਨੇ ਅਤੇ ਐਕਟਰ ਵੀ ਨੇ। ਹੁਣ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ, ਖੁਸ਼ਬੂ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਇਹ ਕੁਨਾਲ ਜੀ, ਤੁਹਾਨੂੰ ਮਤਲਬ ਐਕਟਿੰਗ ਅਤੇ ਰਾਈਟਿੰਗ ਦੇ ਵਿੱਚ ਕਿੰਨਾ ਕੁ ਟਾਈਮ ਲੱਗ ਗਿਆ? ਮੈਂ ਭਾਅ ਜੀ ਪਹਿਲੇ ਐਕਚੁਲੀ 2009 ਤੋਂ ਮੈਂ ਥੀਏਟਰ ਕਰ ਰਿਹਾ, ਮੈਂ ਸਕੂਲ ਟਾਈਮ ਤੋਂ ਥੀਏਟਰ ਕਰ ਰਿਹਾ। ਪਹਿਲਾਂ ਸਕਿੱਟਸ ਕਰਦੇ ਸੀ, ਫਿਰ ਯੂਥ ਫੈਸਟੀਵਲ 'ਚ ਪਲੇਜ਼ ਕਰਨੇ ਸ਼ੁਰੂ ਕਰਤੇ, ਨਾਟਕ ਸ਼ੁਰੂ ਕਰਤੇ, ਅਤੇ ਥੀਏਟਰ ਕਰਦੇ ਕਰਦੇ ਇੱਧਰ ਲਾਈਨ ਵੱਲ ਆ ਗਏ, ਟੀ ਵੀ ਇੰਡਸਟਰੀ ਵੱਲ, ਫਿਲਮ ਇੰਡਸਟਰੀ ਵੱਲ, ਅਤੇ ਲਗਭਗ ਹੁਣ ਮੈਨੂੰ ਹੋ ਹੀ ਚੁੱਕੇ ਆ ਇੰਡਸਟਰੀ ਦੇ ਵਿੱਚ ਵੀ 8-9 ਸਾਲ। ਇਹ ਭਾਈ ਬਚਪਨ ਦਾ ਸ਼ੌਂਕ ਸੀਗਾ ਕਿ ਹੁਣ ਜਾ ਕੇ ਸ਼ੌਂਕ ਆਇਆ? ਬਚਪਨ ਦਾ ਸ਼ੌਂਕ ਬਚਪਨ ਦਾ ਹੀ ਸੀਗਾ। ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਮੈਂ 9ਵੀਂ ਕਲਾਸ ਤੋਂ ਥੀਏਟਰ ਕਰ ਰਿਹਾ, ਹੁੰਦਾ ਨਾ ਜਦੋਂ ਸਕੂਲਾਂ ਦੇ ਵਿੱਚ ਕੋਈ ਫੰਕਸ਼ਨਸ ਹੁੰਦੇ ਆ, ਕੋਈ ਸਪੋਰਟਸ ਮੀਟ ਆ ਗਈ ਜਾਂ ਕੋਈ ਕਲਚਰਲ ਫੰਕਸ਼ਨ ਹੋ ਗਿਆ, ਕੋਈ ਬੱਚਾ ਭੰਗੜਾ ਪਾਉਂਦਾ, ਕੋਈ ਸਿੰਗਿੰਗ ਕਰਦਾ, ਇੱਦਾਂ ਹੀ ਸ਼ੌਂਕ ਸੀ ਕਿ ਕੌਮੇਡੀ ਸਕਿੱਟਾਂ ਸਕੁੱਟਾਂ ਕਰੀਦੀਆਂ ਸੀ, ਅਤੇ ਉੱਥੋਂ ਹੀ ਸ਼ੌਂਕ ਪੈਂਦਾ ਗਿਆ ਕਿ ਫਿਰ ਪਤਾ ਲੱਗਾ ਕਿ ਹਾਂ ਯਾਰ ਇਹਦੇ 'ਚ ਕੁਛ ਕੀਤਾ ਜਾ ਸਕਦਾ ਆ। ਅਤੇ ਫਿਰ ਜਦੋਂ ਕਾਲਜ ਆਏ ਤਾਂ ਫਿਰ ਹੁੰਦਾ ਕਿ ਕਾਲਜ 'ਚ ਆ ਕੇ ਥੋੜ੍ਹਾ ਐਕਸਪੋਜ਼ਰ ਜ਼ਿਆਦਾ ਮਿਲ ਜਾਂਦਾ ਬੰਦੇ ਨੂੰ, ਯੂਥ ਫੈਸਟੀਵਲਸ ਹੁੰਦੇ ਆ, ਅਤੇ ਜਦੋਂ ਕਾਲਜ 'ਚ ਆਏ ਤਾਂ ਪਤਾ ਲੱਗਾ ਕਿ ਹਾਂ ਹਾਂ ਇੱਦਾਂ ਯੂਥ ਫੈਸਟੀਵਲ ਹੁੰਦੇ ਆ, ਤੁਸੀਂ ਐਕਟਿੰਗ ਵਾਸਤੇ ਅੱਗੇ ਜਾ ਸਕਦੇ ਹੋ, ਸਕਿੱਟ ਵਾਸਤੇ ਜਾ ਸਕਦੇ ਹੋ, ਪਲੇਅ ਵਾਸਤੇ ਜਾ ਸਕਦੇ ਹੋ, ਅਤੇ ਫਿਰ ਪਾਰਟੀਸਪੇਟ ਕਰਨਾ ਸ਼ੁਰੂ ਕਰਤਾ। ਅਤੇ ਕਹਿੰਦੇ ਐਕਟਿੰਗ ਦਾ ਕੰਮ ਇੱਦਾਂ ਦਾ ਹੈ ਤੁਸੀਂ ਪੂਰੀ ਜ਼ਿੰਦਗੀ ਸਿੱਖਦੇ ਰਹਿਣਾ ਆ, ਅਤੇ ਬਸ ਇੱਦਾਂ ਹੀ ਸਿੱਖਦੇ ਸਿੱਖਦੇ ਇੰਡਸਟਰੀ ਵੱਲ ਵੜ ਗਏ। ਮਤਲਬ ਘਰਦਿਆਂ ਦੀ ਪੂਰੀ ਸਪੋਰਟ ਸੀ ਕਿ ਮਤਲਬ ਇਹ ਕੰਮ ਕਰਨਾ ਕਿ ਨਹੀਂ? ਘਰਦਿਆਂ ਦੀ ਤਾਂ ਵੈਸੇ ਇੱਦਾਂ ਇਸ ਚੀਜ਼ 'ਚ ਪੂਰੀ ਕਿਸੇ ਦੀ ਸਪੋਰਟ ਹੁੰਦੀ ਨਹੀਂ ਆ, ਕਿਉਂਕਿ ਘਰਦਿਆਂ ਨੂੰ ਹੁੰਦਾ ਕਿ ਯਾਰ ਜੇ ਬੱਚਾ ਪੜ੍ਹਦਾ ਪਿਆ, ਜਿਵੇਂ ਮੈਂ ਹੁਣ ਕਾਮਰਸ ਬੈਕਗਰਾਊਂਡ ਤੋਂ ਹਾਂ, ਮੈਂ ਕਾਮਰਸ 'ਚ ਸੀਗਾ ਪਹਿਲਾਂ, ਮੈਂ ਬੀ ਕੌਮ ਕੀਤੀ ਹੋਈ, ਮੈਂ ਐਮ ਕੌਮ ਕੀਤੀ, ਅਤੇ ਘਰਦਿਆਂ ਨੂੰ ਤਾਂ ਇਹੀ ਹੁੰਦਾ ਕਿ ਹਾਂ ਜੇ ਕਰਦਾ ਪਿਆ ਤਾਂ ਕੁਛ CA ਬਣ ਜਾਵੇ, ਅਕਾਊਂਟਸ ਬਣ ਜਾਵੇ, ਜੇ ਕਾਮਰਸ ਵੱਲ ਵੜਿਆ ਵੀ ਆ, ਕਿਉਂਕਿ ਪਹਿਲਾਂ ਮੇਰੇ ਪਾਪਾ ਤਾਂ ਐਕਚੁਅਲੀ ਇੰਜੀਨੀਅਰ ਆ, ਅਤੇ ਮੇਰੇ ਪਾਪਾ ਚਾਹੁੰਦੇ ਸੀ ਕਿ ਮੈਂ ਵੀ ਇੰਜੀਨੀਅਰਿੰਗ ਕਰ ਲਵਾਂ, ਅਤੇ ਬਟ ਮੇਰਾ ਸ਼ੌਂਕ ਥੋੜ੍ਹਾ ਜਿਹਾ ਇੱਧਰ ਜ਼ਿਆਦਾ ਸੀਗਾ। ਘਰਦਿਆਂ ਦੀ ਸਪੋਰਟ ਸੀਗੀ ਵੀ ਨਹੀਂ ਵੀ ਸੀਗੀ, ਮੈਂ ਖਿੱਚ ਧੂ ਕੇ ਫਿਰ ਸਪੋਰਟ ਕਰਾ ਲਈ, ਕਿਉਂਕਿ ਫਿਰ ਜਦੋਂ ਮੇਰੇ ਪਲੇਅ ਵਗੈਰਾ ਹੁੰਦੇ ਸੀ ਤਾਂ ਘਰਦੇ ਦੇਖਣ ਜ਼ਰੂਰ ਆਉਂਦੇ ਹੁੰਦੇ ਸੀ, ਅਤੇ ਮੈਂ ਕਿਹਾ ਕਿਉਂਕਿ ਘਰਦਿਆਂ ਨੇ ਜਦੋਂ ਆਉਣਾ ਉਦੋਂ ਤਾਂ ਉਹਨਾਂ ਨੇ ਖੁਸ਼ ਹੋਣਾ, ਬਾਕੀ ਅਸਾਂ ਮੈਂ ਤਾਰੀਫ ਵੀ ਕਰਨੀ, ਪਰ ਮੈਨੂੰ ਥੋੜ੍ਹਾ ਡਾਂਟ ਵੀ ਦੇਣਾ ਕਿ ਹਾਂ ਨਾਲ ਨਾਲ ਪੜ੍ਹਾਈ ਵੀ ਕਰਨੀ ਆ। ਘਰ ਜਾ ਕੇ ਗਾਲਾਂ ਗੁਲਾਂ ਤਾਂ ਨਹੀਂ ਕੱਢਦੇ? ਗਾਲਾਂ ਤਾਂ ਫਿਰ ਤੈਨੂੰ ਪਤਾ ਹੀ ਆ, ਫਿਰ ਪੰਜਾਬੀ ਘਰਦਿਆਂ ਦੀ ਗਾਲਾਂ ਤਾਂ ਪੈਂਦੀਆਂ ਹੀ ਆ, ਗਾਲਾਂ ਤਾਂ ਬਿਨਾਂ ਸਾਡਾ ਕੰਮ ਚੱਲਦਾ ਨਹੀਂ।
ਅਤੇ ਗਾਲਾਂ ਗੂਲਾਂ ਪੈਂਦੀਆਂ ਸੀ, ਘਰਦੇ ਕਹਿੰਦੇ ਸੀ ਕਿ ਹਾਂ ਤੁਸੀਂ ਆਪਣਾ ਇੱਧਰ ਅਕਾਊਂਟਸ ਵੱਲ ਜਾ, ਸੀ ਏ ਵੱਲ ਜਾ, ਕਹਿੰਦੇ ਸੀ ਸੀ ਏ ਕਰ ਲਾ। ਬਟ ਮੈਂ ਇੱਕ ਦੋ ਵਾਰੀ ਜੋਬ ਕਰਨ ਦੀ ਕੋਸ਼ਿਸ਼ ਵੀ ਕੀਤੀ, ਅਤੇ ਇੱਕ ਵਾਰੀ ਮੈਂ ਅਕਾਊਂਟਸ ਦੀ ਜੋਬ ਕਰਨ ਲੱਗ ਪਿਆ, ਅਸਿਸਟੈਂਟ ਅਕਾਊਂਟੈਂਟ ਲੱਗ ਗਿਆ। ਅਤੇ ਮੈਂ ਉੱਥੇ ਬੈਠਾ ਵੀ ਸਕ੍ਰਿਪਟਾਂ ਲਿਖੀ ਜਾਣੀਆਂ, ਕੁਛ ਨਾ ਕੁਛ ਵੀਡੀਓ ਬਣਾਈ ਜਾਣੀ, ਕੁਛ ਨਾ ਕੁਛ ਕਰੀ ਜਾਣਾ। ਅਤੇ ਇੱਕ ਦਿਨ ਮਾਲਕ ਨੇ ਮੈਨੂੰ ਫੜ ਲਿਆ, ਕਹਿੰਦਾ ਕਿ ਆਹ ਕਿਹੜੇ ਚੱਕਰਾਂ ਪਿਆ ਤੁਸੀਂ CCTV ਦੇਖਿਆ? ਕਹਿੰਦਾ ਭਾਜੀ ਤੁਸੀਂ ਕੰਮ 'ਤੇ ਵੀ ਇਹੀ ਕੰਮ ਕਰਦੇ ਰਹਿੰਦੇ? ਮੈਂ ਕੰਮ 'ਤੇ ਵੀ ਇਹੀ ਕੰਮ ਕੀਤੇ, ਬਸ ਉਹ ਮਸਾ ਹੀ ਫਿਰ ਮੈਂ 1.5-2 ਮਹੀਨੇ ਕੰਮ ਕੀਤਾ ਹੁਣ, ਬਸ ਫਿਰ ਉਹਨਾਂ ਨੇ ਮੈਨੂੰ ਇੱਜ਼ਤ ਨਾਲ ਕੱਢਤਾ ਸੀ। ਅਤੇ ਬਸ ਐਂ ਚੱਲਦਾ ਫਿਰ ਜਦੋਂ ਪਤਾ ਲੱਗਾ ਕਿ ਹਾਂ ਪ੍ਰੋਫੈਸ਼ਨਲੀ ਵੀ ਕੁਛ ਕਰ ਸਕਦੇ ਹਾਂ ਇਸ ਚੀਜ਼ ਦੇ ਵਿੱਚ, ਹੈ ਨਾ, ਕਿਉਂਕਿ ਪਹਿਲਾਂ ਤਾਂ ਇਕੱਲਾ ਥੀਏਟਰ ਹੀ ਸੀਗਾ, ਨਾਟਕ ਸੀਗੇ, ਅਤੇ ਥੀਏਟਰ 'ਚ ਭਾਜੀ ਇੰਨਾ ਪੈਸਾ ਨਹੀਂ ਹੈਗਾ। ਥੀਏਟਰ 'ਚ ਤਾੜੀਆਂ ਬਹੁਤ ਆ ਪਰ ਪੈਸਾ ਨਹੀਂ ਹੈਗਾ। ਅਤੇ ਪਰਫੋਰਮੈਂਸਿਸ, ਲਾਈਵ ਪਰਫੋਰਮੈਂਸਿਸ ਕਰਨੀਆਂ, ਪਲੇਜ਼ ਕਰਨੇ, ਬਹੁਤ ਪਲੇਜ਼ ਕੀਤੇ, ਅਤੇ ਉੱਥੋਂ ਇਹ ਪਤਾ ਲੱਗਾ ਕਿ ਹਾਂ ਤਾੜੀਆਂ ਤਾਂ ਮਿਲਦੀਆਂ ਵੀ, ਪਰ ਪੈਸਾ ਕਿਤੋਂ ਨਹੀਂ ਮਿਲਦਾ? ਹੁਣ ਘਰਦਿਆਂ ਨੇ ਇਹ ਤਾਂ ਪੁੱਛਣਾ ਨਾ ਕਿ ਜੇ ਕਰਦੇ ਪਿਓ ਇਹ ਪ੍ਰੋਫੈਸ਼ਨ ਪੜ੍ਹਿਆ ਇਹਦੇ 'ਚ, ਮਤਲਬ ਘਰਦੇ ਕਹਿੰਦੇ ਪਤਾ ਨਹੀਂ ਕਿਹੜੇ ਰਾਹੀ ਪਿਆ, ਕੁਛ ਮਿਲਦਾ ਵੀ ਹੈ ਕਿ ਨਹੀਂ ਮਿਲਦਾ? ਬਿਲਕੁਲ ਕੁਛ ਮਿਲਦਾ ਵੀ ਹੈ ਕਿ ਨਹੀਂ ਮਿਲਦਾ। ਬਟ ਫਿਰ ਹੌਲੀ ਹੌਲੀ ਪਤਾ ਲੱਗਦਾ ਗਿਆ ਕਿ ਸ਼ੂਟਿੰਗਸ ਕਿੱਥੇ ਚੱਲਦੀਆਂ ਆ, ਕਿਹਨਾਂ ਨੂੰ ਮਿਲਣਾ ਪੈਂਦਾ ਆ। ਫਿਰ ਘਰੋਂ ਨਿਕਲੇ ਥੋੜ੍ਹਾ, ਜਿਵੇਂ ਮੈਂ ਜਲੰਧਰੋਂ ਹਾਂ ਬੇਸਿਕਲੀ, ਅਤੇ ਫਿਰ ਨਿਕਲੇ ਚੰਡੀਗੜ੍ਹ ਵੱਲ ਨੂੰ ਗਏ, ਅਤੇ ਚੰਡੀਗੜ੍ਹ ਗੱਲ ਮਤਲਬ ਚੰਡੀਗੜ੍ਹ ਵੱਲ ਨੂੰ ਗਏ ਤਾਂ ਪਤਾ ਲੱਗਾ ਜੀ ਉੱਥੇ ਤਾਂ ਕੰਮ ਹੀ ਬਹੁਤ ਬਾਇਸ ਚੱਲਦਾ ਪਿਆ, ਲੋਬੀਜ਼ ਬਣੀਆਂ ਹੋਈਆਂ, ਕੋਈ ਨਵੇਂ ਬੰਦੇ ਨੂੰ ਐਂਟਰ ਹੋਣ ਨਹੀਂ ਦਿੰਦਾ ਛੇਤੀ। ਬਟ ਫਿਰ ਵੀ ਖਿੱਚਦੇ ਧੁੰਦੇ, ਇੱਧਰ ਥੋੜ੍ਹੀ ਛੋਟਾ ਕੰਮ ਕਰ ਲਿਆ, ਕੋਈ ਇੱਕੋ ਫੜ ਲਿਆ, ਕੋਈ ਵੀ ਮੁਕਾਮ ਮਤਲਬ ਇੰਨੀ ਆਸਾਨੀ ਦੇ ਨਾਲ ਨਹੀਂ ਮਿਲਦਾ। ਨਾ ਜੀ ਨਾ, ਮੁਕਾਮ ਤਾਂ ਜੀ ਪੁੱਛੋ ਨਾ ਭਾਜੀ, ਮੁਕਾਮ ਤਾਂ ਐਂ ਆ ਭਾਜੀ, ਜੇ ਤੁਹਾਨੂੰ ਇੱਦਾਂ ਲੱਗਦਾ ਨਾ ਕਿ ਤੁਹਾਨੂੰ ਕਿਤੇ ਕੰਮ ਮਿਲ ਗਿਆ, ਉਹ ਇੱਦਾਂ ਸਮਝਾਉਣਾ ਕਿਉਂ ਮਿਲਿਆ ਹੋਇਆ, ਉਹ ਕਦੀ ਵੀ ਤੁਹਾਡੇ ਹੱਥੋਂ ਜਾ ਸਕਦਾ ਭਾਜੀ। ਕਿ ਤੁਹਾਨੂੰ ਕਿਸੇ ਨੇ ਫੋਨ ਕਰਤਾ, ਹਾਂਜੀ ਭਾਜੀ ਕਿ ਤੁਹਾਡਾ ਫਿਲਮ ਦੇ ਵਿੱਚ ਰੋਲ ਪੱਕਾ ਆ, ਤੁਸੀਂ ਕੱਲ੍ਹ ਆਉਣਾ, ਤੁਹਾਨੂੰ ਰਾਤ ਨੂੰ ਫੋਨ ਆਇਆ। ਹੋ ਸਕਦਾ ਭਾਅ ਜੀ ਰਾਤੋਂ ਰਾਤ ਕੀ ਗੇਮ ਘੁੰਮ ਜੇ, ਸਵੇਰੇ ਕਿਸੇ ਨੂੰ ਬੁਲਾ ਲੈਣ, ਉਹਦਾ ਕੁਛ ਨਹੀਂ ਕਿਹਾ ਜਾ ਸਕਦਾ। ਇੰਡਸਟਰੀ ਭਾਅ ਜੀ ਇੱਦਾਂ ਆ, ਅਨਸਰਟੇਨ ਆ ਬਹੁਤ ਜ਼ਿਆਦਾ, ਮਤਲਬ ਇਨਸਰਟੇਨਿਟੀ ਹੈ ਹੀ ਨਹੀਂ। ਮਤਲਬ ਇਹ ਕਹਿ ਸਕਦੇ ਹਾਂ ਕਿ ਜੇ ਤੁਹਾਨੂੰ ਰਾਤ ਨੂੰ ਫੋਨ ਕਰਤਾ ਪਤਾ ਨਹੀਂ ਸਵੇਰੇ ਤੁਸੀਂ ਜਾਣਾ ਆ ਕਿ ਨਹੀਂ ਜਾਣਾ ਆ, ਇਹਦੇ ਬਾਰੇ ਕੁਛ ਕਹਿ ਨਹੀਂ ਸਕਦੇ। ਸਵੇਰੇ ਜਦੋਂ ਫੋਨ ਕਰਾਉਣਾ ਕਹਿਣਾ ਅਸੀਂ ਹੋਰ ਕਰ ਲਿਆ ਜੀ ਕੋਈ, ਇਹ ਸਭ ਚੀਜ਼ਾਂ ਵੀ ਹੋ ਜਾਂਦੀਆਂ। ਧੱਕਾ ਵੀ ਹੋ ਜਾਂਦਾ ਕਰੀ, ਧੱਕਾ ਤਾਂ ਜੀ ਇਹ 'ਚ ਤਾਂ ਧੱਕਾ ਲੱਗਦਾ ਹੀ ਰਹਿੰਦਾ ਜੀ। ਬਟ ਇਹ ਆ ਕਿ ਹਾਂ ਸ਼ੁਰੂ ਸ਼ੁਰੂ ਦੇ ਵਿੱਚ ਚੀਜ਼ਾਂ ਹੋਈਆਂ, ਹੈ ਨਾ, ਅਤੇ ਉਹ ਚੀਜ਼ਾਂ ਤੋਂ ਅਸੀਂ ਸਿੱਖਿਆ ਕਿ ਕਿਵੇਂ ਚੀਜ਼ਾਂ ਨੂੰ ਹੈਂਡਲ ਕਰਨਾ। ਪੈਕ ਭਰਾ ਜੀ ਦਾ ਸੀ ਕਿ ਹਾਂ ਯਾਰ ਇੱਦਾਂ ਹੋ ਗਿਆ ਯਾਰ, ਮੈਨੂੰ ਉਹਨੇ ਬੁਲਾਇਆ ਬਟ ਮੈਨੂੰ ਹੁਣ ਉਹਨੇ ਕੰਮ ਨਹੀਂ ਦਿੱਤਾ, ਅਤੇ ਕਈ ਜਗ੍ਹਾ ਫ੍ਰੀ ਵੀ ਕੰਮ ਕਰਨਾ ਪਿਆ, ਪੈਸੇ ਨਹੀਂ ਦਿੱਤੇ, ਕੰਮ ਕਰਾ ਲਿਆ ਪਰ ਪੈਸੇ ਦਿੱਤੇ ਨਹੀਂ। ਅਤੇ ਫਿਰ ਹੌਲੀ ਹੌਲੀ ਕਰਦੇ ਕਰਦੇ ਬਾਈ ਚੀਜ਼ਾਂ ਦੇ ਵਿੱਚ ਵੜ ਗਏ, ਪਤਾ ਲੱਗ ਗਿਆ ਕਿ ਕਿਵੇਂ ਹੁੰਦੀਆਂ। ਇਹਦੀ ਵੀ ਟੈਕਟ ਆ ਭਾਅ ਜੀ, ਹਰ ਚੀਜ਼, ਹਰ ਪ੍ਰੋਫੈਸ਼ਨ ਦਾ ਟੈਕਟ ਆ। ਹੁਣ ਤੁਸੀਂ ਐਂਕਰਿੰਗ ਕਰਦੇ, ਉਹਦਾ ਵੀ ਇੱਕ ਤਰੀਕਾ ਆ, ਹਰ ਚੀਜ਼ ਦਾ ਇੱਕ ਤਰੀਕਾ ਆ ਭਾਜੀ। ਅਤੇ ਹੌਲੀ ਹੌਲੀ ਤਰੀਕਾ ਪਤਾ ਲੱਗਣ ਲੱਗ ਪਿਆ। ਮੈਂ ਐਜ਼ ਐਨ ਐਕਟਰ ਤਾਂ ਕਰਦਾ ਹੀ ਸੀ, ਫਿਰ ਐਜ਼ ਐਨ ਰਾਈਟਰ ਵੀ ਕਰਨਾ ਸ਼ੁਰੂ ਕਰਤਾ। ਅਤੇ ਉਹ ਮੈਂ ਸ਼ੁਕਰੀਆ ਅਦਾ ਕਰਦਾ ਆਪਣੇ ਉਸਤਾਦ ਜੀ ਦਾ, ਮੁਕੇਸ਼ ਸ਼ਰਮਾ ਜੀ ਦਾ, ਜਿਨ੍ਹਾਂ ਨੇ ਮੈਨੂੰ ਰਾਈਟਿੰਗ ਵੱਲੋਂ ਵੀ ਨਾਲ ਪਾ ਦਿੱਤਾ। ਉਹਨਾਂ ਨੇ ਮੇਰੇ ਹੱਥੇ ਲੈਪਟੋਪ ਫੜਾਇਆ, ਕਹਿੰਦੇ ਲਿਖੋ। ਉਹ ਮਤਲਬ ਤੁਹਾਨੂੰ ਕਿੱਥੇ ਮਿਲੇ ਸੀ? ਉਹ ਮੈਨੂੰ ਮੇਰੇ ਮਿਲੇ ਕਾਲਜ ਤੋਂ। ਮੈਂ 2011 ਤੋਂ ਉਹਨਾਂ ਨੂੰ ਜਾਣਦਾ, ਦੁਆਬਾ ਕਾਲਜ ਜਲੰਧਰ, ਦੁਆਬਾ ਕਾਲਜ ਜਲੰਧਰੋਂ ਜਾਣਦਾ ਉਹਨਾਂ ਨੂੰ ਮੈਂ, ਅਤੇ ਉਹ ਵੀ ਦੁਆਬਾ ਕਾਲਜ ਹੀ ਪੜ੍ਹੇ ਆ। ਅਤੇ ਉਹਨਾਂ ਨੇ ਮੈਨੂੰ ਲੈਪਟੋਪ ਫੜਾਇਆ, ਕਹਿੰਦੇ ਲਿਖੋ। ਅਤੇ ਉੱਥੋਂ ਮੈਨੂੰ ਉਦੋਂ ਤਾਂ ਔਖਾ ਲੱਗਦਾ ਸੀ ਯਾਰ, ਉਸਤਾਦ ਨੇ ਕਹਿਤਾ ਹੁਣ ਲਿਖਣਾ ਵੀ ਪੈਣਾ ਆ। ਬਟ ਬਾਅਦ 'ਚ ਸੋਚਿਆ ਜਦੋਂ 6-7 ਸਾਲ ਬਾਅਦ ਰਾਈਟਿੰਗ ਤੋਂ ਮੈਂ ਥੋੜ੍ਹੇ ਥੋੜ੍ਹੇ ਪੈਸੇ ਕਮਾਉਣ ਲੱਗਾ, ਫਿਰ ਮੈਨੂੰ ਲੱਗਾ ਕਿ ਯਾਰ ਅੱਛਾ ਜੇ ਮੈਨੂੰ ਐਕਟਿੰਗ ਤੋਂ ਪੈਸੇ ਨਹੀਂ ਮਿਲਦੇ ਪਏ, ਮੈਨੂੰ ਰਾਈਟਿੰਗ 'ਤੇ ਤਾਂ ਮਿਲਦੇ ਪਏ ਨਾ। ਫਿਰ ਮੈਨੂੰ ਉੱਥੇ ਆਇਆ ਕਿ ਯਾਰ ਮੇਰੇ ਉਸਤਾਦ ਨੇ ਉਸ ਟਾਈਮ 'ਤੇ ਮੈਨੂੰ ਚੰਗੇ ਭਲੇ ਲੈਪਟੋਪ ਫੜਾਤਾ ਸੀ ਕਿ ਲਿਖ, ਅਤੇ ਫਿਰ ਲਿਖਣਾ ਸ਼ੁਰੂ ਕੀਤਾ, ਅਤੇ ਭਾਅ ਜੀ ਪੈਸੇ ਵੀ ਆਉਣ ਲੱਗ ਪਏ। ਉਹੀ ਆ, ਉਸਤਾਦ ਤੋਂ ਬਿਨਾਂ ਕੁਛ ਨਹੀਂ ਹੈ। ਬਹੁਤ ਜੀ, ਉਸਤਾਦ ਬਿਨਾਂ ਗੱਥ ਹੈ ਨਹੀਂ, ਉਸਤਾਦ ਹੈ ਤਾਂ ਚੇਲਾ ਹੈ। ਉਸਤਾਦ ਨੂੰ ਨਾ ਭੁੱਲਣਾ ਨਹੀਂ ਚਾਹੀਦਾ ਕਦੇ। ਬਿਲਕੁਲ ਬਿਲਕੁਲ, ਕਦੀ ਵੀ ਨਹੀਂ ਪਤਾ, ਕਈ ਮਤਲਬ ਭੁੱਲ ਜਾਂਦੇ ਆਪਣੇ ਉਸਤਾਦ ਨੂੰ ਜੇ। ਬਸ ਭਾਅ ਜੀ ਫਿਰ ਜਿਹੜਾ ਉਸਤਾਦ ਨੂੰ ਭੁੱਲ ਗਿਆ, ਫਿਰ ਉਹ ਤਾਂ ਰੱਬ ਨੂੰ ਭੁੱਲ ਗਿਆ ਨਾ। ਭਾਅ ਜੀ ਤੁਹਾਡੇ ਆਪਣੇ ਉਸਤਾਦ ਨਾਲ 100 ਗਿਲੇ ਸ਼ਿਕਵੇ ਹੋਣ, ਜੋ ਮਰਜ਼ੀ ਹੋਵੇ, ਕੁਛ ਵੀ ਹੋਵੇ, ਪਰ ਉਸਤਾਦ ਨੇ ਉਸਤਾਦ ਹੀ ਰਹਿਣਾ। ਤੁਸੀਂ ਜਿਹਦੇ ਕੋਲ ਕੰਮ ਸਿੱਖਿਆ ਆ ਉਹਨੂੰ ਨਹੀਂ ਕਦੀ ਨਕਾਰਨਾ ਬਾਈ, ਉਹ ਤੁਹਾਨੂੰ ਜਿੱਥੇ ਮਿਲਦਾ ਉਹਨੂੰ ਪੈਰੀ ਹੱਥ ਲਾਓ, ਕਿਸੇ ਦਾ ਵੀ ਉਸਤਾਦ ਹੋਵੇ।
ਮਾਨ ਸਨਮਾਨ ਪੂਰਾ ਦੇਣਾ ਚਾਹੀਦਾ ਉਸਤਾਦ ਜੀ ਨੂੰ। ਬਿਲਕੁਲ, ਆਪਣੇ ਉਸਤਾਦ ਨੂੰ ਮਾਨ ਸਨਮਾਨ ਪੂਰਾ ਦਿਓ, ਕਿਉਂਕਿ ਉਹੀ ਬੰਦਾ ਭਾਅ ਜੀ ਜਿਹਨੇ ਤੁਹਾਨੂੰ ਗੁਣ ਦਿੱਤਾ ਭਾਅ ਜੀ। ਅੱਜ ਦੇ ਟਾਈਮ 'ਚ ਕੋਈ ਕਿਸੇ ਨੂੰ ਗੁਣ ਨਹੀਂ ਦਿੰਦਾ। ਕਹਿੰਦੇ ਆ ਕਿ ਬਿੱਲੀ ਸ਼ੇਰ ਦੀ ਮਾਸੀ ਹੁੰਦੀ ਆ, ਅਤੇ ਬਿੱਲੀ ਸ਼ੇਰ ਨੂੰ ਸਭ ਕੁਝ ਸਿਖਾ ਦਿੰਦੀ ਪਰ ਉਹਨੂੰ ਪੇੜ 'ਤੇ ਚੜ੍ਹਨਾ ਨਹੀਂ ਸਿਖਾਉਂਦੀ। ਪੂਰੇ ਗੁਣ ਨਹੀਂ ਦਿੰਦੇ ਉਸਤਾਦ। ਬਸ ਤੁਸੀਂ ਸਮਝ ਗਏ ਹੋ ਗੱਲ, ਮਤਲਬ ਅਤੇ ਉਹ ਜਿਹੜਾ ਜਿਹੜਾ ਇੱਕ ਅੱਧਾ ਗੁਣ ਰਹਿ ਨਾ, ਫਿਰ ਤੁਸੀਂ ਬਾਹਰੋਂ ਮਾਰਕੀਟ 'ਚ ਲੈਣਾ। ਉਸਤਾਦ ਉਸਤਾਦ ਨਹੀਂ ਦਿੰਦਾ, ਬਾਹਰੋਂ ਸਿੱਖ, ਤੈਨੂੰ 99 ਦੇ ਦਿੱਤੇ ਆ, ਇੱਕ ਤੋਂ ਬਾਹਰੋਂ ਸਿੱਖਣਾ। ਹੋਰ ਕਨਾਲ ਜੀ, ਮਤਲਬ ਹਾਲੇ ਤੱਕ ਕਿਹੜੇ ਕਿਹੜੇ ਨਾਟਕਾਂ ਦਾ ਜਾਂ ਫਿਲਮਾਂ ਫੁਲਮਾਂ ਦੇ ਲਈ ਤੁਸੀਂ ਸੀਨ ਰਾਈਟਰ ਕੀਤਾ? ਮੈਂ ਭਾਅ ਜੀ ਕਾਫੀ ਚੈਨਲਸ ਦੇ ਨਾਲ ਕੰਮ ਕੀਤਾ। ਮੈਂ MH1 ਨਾਲ ਕੰਮ ਕੀਤਾ, ਜ਼ੀ ਪੰਜਾਬੀ ਨਾਲ ਕੰਮ ਕੀਤਾ, ਬਾਕੀ ਹਿੰਦੀ ਦੇ ਸੋਨੀ ਨਾਲ ਕੰਮ ਕੀਤਾ, ਕਲਰਸ ਨਾਲ ਕੰਮ ਕੀਤਾ, ਬਾਕੀ ਵੈੱਬ ਦੇ ਕਾਫੀ ਚੈਨਲ ਸ਼ਮਾਰੂ ਦੇ ਨਾਲ ਕੰਮ ਕੀਤਾ। ਮੈਂ ਕਾਫੀ ਸ਼ੋਅਸ ਕੀਤੇ। ਜ਼ੀ ਪੰਜਾਬੀ ਦੇ ਡੇਲੀ ਸ਼ੋਅ ਚੱਲਦੇ ਭਾਅ ਜੀ, ਜਿੱਦਾਂ ਸੀਰੀਅਲ ਚੱਲਦੇ ਨਾ, ਨਾਟਕ ਚੱਲਦੇ ਹਿੰਦੀ, ਉਹਦੇ ਪੰਜਾਬੀ ਨਾਟਕ ਵੀ ਚੱਲਦੇ ਆ ਜ਼ੀ ਪੰਜਾਬੀ 'ਤੇ। ਅਤੇ ਮੈਂ ਉਹ ਐਜ਼ ਐਨ ਐਕਟਰ ਮੈਂ ਨਾਟਕ ਕੀਤਾ ਸੀ ਧੀਆਂ ਮੇਰੀਆਂ, ਉਹ ਉਹ 'ਚ ਮੇਰਾ ਇੱਕ ਕਰੈਕਟਰ ਸੀ ਸ਼ਰਟੀ ਦੇ ਨਾਮ ਤੋਂ, ਉਹ ਵੀ ਬਹੁਤ ਅੱਛਾ ਚੱਲਿਆ ਨਾਟਕ। ਉਸ ਤੋਂ ਪਹਿਲਾਂ ਕਾਫੀ ਮਸ਼ਹੂਰ ਹੋਇਆ ਸੀ ਉਦੋਂ। ਹਾਂਜੀ ਹਾਂਜੀ, ਅਤੇ ਜ਼ੀ ਪੰਜਾਬੀ ਦੇ ਭਾਅ ਜੀ ਪਹਿਲਾ ਨਾਟਕ ਜਿਹੜੇ 2018 ਤੋਂ ਇਹਨਾਂ ਦੀ ਸ਼ੁਰੂਆਤ ਹੋਈ ਸੀ, ਕਮਲੀ ਇਸ਼ਕ ਦੀ ਹੀਰ ਰਾਂਝਾ, ਇਹ ਮੈਂ ਐਜ਼ ਐਨ ਰਾਈਟਰ ਕੀਤੇ ਸੀ। ਫਿਰ ਉਹ ਤੋਂ ਬਾਅਦ ਇੱਕ ਹੋਰ ਨਾਟਕ ਆਇਆ ਸੀ ਤੇਡਾ ਮੇਡਾ ਸਾਡਾ ਵਿਹੜਾ, ਫਿਰ ਉਹ ਵੀ ਮੈਂ ਐਜ਼ ਐਨ ਰਾਈਟਰ ਕੀਤਾ ਸੀ। ਅਤੇ ਇੱਦਾਂ ਹੀ ਫਿਰ ਜ਼ੀ ਪੰਜਾਬੀ ਦੇ ਨਾਟਕਾਂ ਦਾ ਦੌਰ ਤਾਂ ਕਾਫੀ ਚੱਲਦਾ ਰਿਹਾ। ਫਿਰ ਜ਼ੀ ਪੰਜਾਬੀ ਦਾ ਭਾਅ ਜੀ ਇੱਕ ਨੋਨ ਫਿਕਸ਼ਨ ਸ਼ੋਅ ਆਉਂਦਾ ਜੀ, ਜਸਵਿੰਦਰ ਭੱਲਾ ਜੀ ਹੋਸਟ ਕਰਦੇ ਸੀ, ਹਾਸਿਆਂ ਦਾ ਹੱਲਾ ਸੀਜ਼ਨ 2nd, ਉਹ ਭਾਅ ਜੀ ਐਜ਼ ਐਨ ਰਾਈਟਰ ਕੀਤਾ ਸੀਗਾ। ਫਿਰ ਅੰਤਾਕਸ਼ਰੀ ਸੀਜ਼ਨ 3, ਉਹ ਐਜ਼ ਐਨ ਰਾਈਟਰ ਕੀਤਾ ਸੀ। ਇੱਕ ਜਜ਼ਬਾ ਸੀਰੀਅਲ ਆਉਂਦਾ ਸੀ, ਉਹ ਐਜ਼ ਐਨ ਰਾਈਟਰ ਕੀਤਾ ਸੀ। ਅਤੇ ਇਹ ਸਾਰੇ ਸੀਰੀਅਲ ਕਰਦਾ ਰਿਹਾ। ਕਾਫੀ ਐਕਟਰਾਂ ਨਾਲ ਕੰਮ ਕੀਤਾ ਹੈ? ਹਾਂਜੀ ਹਾਂਜੀ ਭਾਅ ਜੀ, ਲਗਭਗ ਸਾਰੇ ਐਕਟਰਸ ਨਾਲ ਕੰਮ ਕੀਤਾ ਹੀ ਹੋਇਆ। ਅਤੇ ਮੈਂ ਪੰਜਾਬੀ ਮੂਵੀਜ਼ ਕੀਤੀਆਂ ਹੋਈਆਂ, ਪੰਜਾਬੀ ਮੂਵੀਜ਼ 'ਚੋਂ ਥਾਣਾ ਸਦਰ, ਹੈਪੀ ਰੋਡੇ ਜੀ ਦੀ ਥਾਣਾ ਸਦਰ 'ਚ ਕੰਮ ਕੀਤਾ। ਉਸ ਤੋਂ ਬਾਅਦ ਆ ਮੇਰੀ ਹੁਣ ਇੱਕ ਅਪਕਮਿੰਗ ਵੈਬ ਸੀਰੀਜ਼ ਆ ਰਹੀ ਹੈ, ਉਹ 'ਚ ਮੈਂ ਐਜ਼ ਐਨ ਰਾਈਟਰ ਅਤੇ ਐਜ਼ ਐਨ ਐਕਟਰ ਦੋਨੋਂ ਕੰਮ ਕੀਤਾ। ਉਹਦਾ ਨਾਮ ਹੈ ਬੀਅਰ ਵਰਸਿਸ ਬੀਰਾ, ਅਤੇ ਉਹਦੀ ਸਟੋਰੀ ਲਿਖੀ ਆ ਜੋ ਅਜੀਤ ਸਿੰਘ ਅਖਾੜਾ ਜੀ ਨੇ, ਅਤੇ ਉਹਦੇ ਡਾਇਲੋਗਸ ਮੈਂ ਕੀਤੇ ਆ, ਅਤੇ ਮੈਂ ਐਜ਼ ਐਨ ਐਕਟਰ ਵੀ ਕੰਮ ਕੀਤਾ। ਉਹ ਸੀਰੀਜ਼ ਦੇ ਵਿੱਚ ਹੈਗੇ ਨੇ ਹਾਰਵੀ ਸਿੰਘਾ ਜੀ ਜਿਹੜੇ ਆਪਣੇ ਲੀਡ 'ਤੇ ਨੇ, ਅਤੇ ਇੱਕ ਫੋਰਨ ਦਾ ਕਰੈਕਟਰ ਹੈ ਮੁੰਡਾ ਅਗੂ ਸਟੈਨਲੀ ਕਰਕੇ, ਅਤੇ ਉਹਨੇ ਨਾਲ ਕੰਮ ਕੀਤਾ। ਬਹੁਤ ਅੱਛੀ ਵੈਬ ਸੀਰੀਜ਼ ਮਿਲੇ, ਜਲਦੀ ਤੁਹਾਨੂੰ ਦੇਖਣ ਨੂੰ ਮਿਲੂਗੀ। ਅਤੇ ਇਹਦੇ ਤੋਂ ਇਲਾਵਾ ਮੈਂ ਇੱਕ ਇੰਗਲਿਸ਼ ਵੈਬ ਸੀਰੀਜ਼ ਕੀਤੀ ਹੈ, ਦਾ ਸੀਕਰੇਟ ਆਫ ਕ੍ਰਿਪਟੋ, ਉਹ ਵੀ ਛੇਤੀ ਰਿਲੀਜ਼ ਹੋਏਗੀ। ਇਸ ਤੋਂ ਇਲਾਵਾ ਹੁਣ ਤੁਹਾਡਾ ਕਿਹੜਾ ਮਤਲਬ ਕਿੱਥੇ ਇਹ ਕੰਮ ਚੱਲ ਰਿਹਾ ਇਸ ਟਾਈਮ? ਭਾਅ ਜੀ ਇਸ ਟਾਈਮ ਤਾਂ ਜਿਹੜਾ ਮੇਰਾ ਹੁਣ ਕਰੰਟ ਪ੍ਰੋਜੈਕਟ ਹੈ ਜਿਹੜਾ ਮੈਂ ਕਰ ਰਿਹਾ, ਹੁਣ ਮੈਂ ਨੈਟਫਲਿਕਸ ਵਾਸਤੇ ਇੱਕ ਪ੍ਰੋਜੈਕਟ ਕਰ ਰਿਹਾ, ਅਤੇ ਉਹ ਵੀ ਤੁਹਾਨੂੰ ਜਲਦੀ ਦੇਖਣ ਨੂੰ ਮਿਲੂਗਾ। ਉਹਦੀ ਹਜੇ ਰਾਈਟਿੰਗ ਚੱਲਦੀ ਪਈ ਆ, ਕੰਮ ਚੱਲਦਾ ਪਿਆ ਹਲੇ? ਹਾਂਜੀ ਹਾਂਜੀ ਹਾਂਜੀ, ਉਹਦਾ ਕੰਮ ਚੱਲਦਾ ਪਿਆ, ਉਹਦੀ ਰਾਈਟਿੰਗ ਚੱਲਦੀ ਪਈ ਆ। ਹੁਣ ਵੀ ਕਰ ਰਹੇ ਕਿੱਥੇ ਹਲੇ ਕਿ ਨਹੀਂ? ਹਾਂਜੀ ਭਾਅ ਜੀ, ਉਹਦੀ ਹੀ ਰਾਈਟਿੰਗ ਦਾ ਕੰਮ ਚੱਲਦਾ ਪਿਆ, ਬਸ ਉਹਦੇ ਹੀ ਗੇੜੇ ਗੁੜੇ ਲੱਗਦੇ ਪਏ ਇੱਧਰ ਉੱਧਰ। ਕਮੇਡੀ ਦਾ ਵੀ ਸ਼ੌਂਕ ਹੋਵੇ ਕਿ ਨਹੀਂ? ਭਾਅ ਜੀ ਕਮੇਡੀ ਦਾ ਹੀ ਸ਼ੌਂਕ ਆ, ਕਮੇਡੀ ਹੀ ਕੀਤੀ ਆ ਜ਼ਿੰਦਗੀ ਕਿੱਦਾਂ ਕੀ। ਚਲੋ ਕਮੇਡੀ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਵੀ ਕਮੇਡੀ ਕਰਕੇ ਦਿਖਾ ਦਿਓ। ਉਹ ਭਾਅ ਜੀ ਯਾਰ, ਇਹ ਤਾਂ ਤੁਸੀਂ ਕਿਹੜੀ ਗੱਲ ਕਰਦੇ ਭਾਅ ਜੀ, ਇਹ ਤੁਸੀਂ ਉਹ ਗੱਲ ਕਰਦੀ ਜਦੋਂ ਘਰ ਜਦੋਂ ਕੋਈ ਗੁਆਂਢੀ ਮਹਿਮਾਨ ਆ ਗਏ ਜਾਂ ਕੋਈ ਆ ਗਿਆ ਹਨਾ, ਤੇ ਮੰਮੀ ਕਹਿੰਦੇ ਜੀ ਮੁੰਡਾ ਸਾਡਾ ਡਾਂਸ ਕਰਦਾ, ਚਲੋ ਡਾਂਸ ਕਰਕੇ ਦਿਖਾਓ। ਚਲੋ ਭਾਅ ਜੀ, ਬੰਦੇ ਆਪਣੇ ਦਰਸ਼ਕ ਹੀ ਜੁੜੇ ਸਾਡੇ ਨਾਲ, ਚਲੋ ਉਹਨਾਂ ਨੇ ਇੱਕ ਥੋੜੀ ਉਹਦੀ ਕਾਮੇਡੀ ਕਰਕੇ ਦਿਖਾ ਦਿਓ। ਅੱਛਾ, ਹੁਣ ਦਰਸ਼ਕਾਂ ਨੂੰ ਕਾਮੇਡੀ ਦੇਖਣੀ ਆ, ਹੁਣ ਟੀਟੂ ਭਾਈ ਦੇਖੋ ਕਿੰਨੇ ਘੈਂਟ ਦੇਖ। ਟੀਟੂ ਭਾਈ ਨੂੰ ਮੈਂ ਕੁਛ ਨਹੀਂ ਕਹਿ, ਟੀਟੂ ਭਾਈ ਕਿੰਨੇ ਘੈਂਟ ਵਧੇ। ਟੀਟੂ ਭਾਈ ਹੱਸਦੇ, ਟੀਟੂ ਭਾਈ ਦੀਆਂ ਅੱਖਾਂ ਬੰਦ ਹੋ ਜਾਂਦੀਆਂ। ਟੀਟੂ ਭਾਈ ਨੂੰ ਉੱਠੇ ਹੋਏ ਨੂੰ ਵੀ ਲੋਕੀ ਕਹਿੰਦੇ ਯਾਰ ਸੁੱਤਾ ਕਿਉਂ। ਹੁਣ ਦੇਖ ਸਮਾਈਲ ਦੇਖੋ ਕਿੰਨੀ, ਸਮਾਈਲ ਦੇਖੋ ਕਿੰਨੀ ਪਿਆਰੀ ਟੀਟੂ ਭਾਈ ਦੀ। ਟੀਟੂ ਭਾਈ ਥੋੜ੍ਹਾ ਜਿਹਾ ਹੋਰ ਖੁੱਲ੍ਹ ਕੇ ਅਸੀਂ ਕੋਈ ਚੀਜ਼ ਡੇ ਪੈਣੀ ਹੈ, ਅਤੇ ਪਿਆਰੇ ਲੱਗਦੇ ਆ ਯਾਰ ਬਸ ਟੀਟੂ ਭਾਈ। ਹੋਰ ਮਤਲਬ ਹਲੇ ਕੋਈ ਜਿੱਦਾਂ ਹਲੇ ਉਹ ਮੁਕਾਮ ਤੱਕ ਨਹੀਂ ਪਹੁੰਚੇ ਜਿਸ ਤਰ੍ਹਾਂ ਦਾ ਮੁਕਾਮ ਚਾਹੀਦਾ ਸੀ ਤੁਹਾਨੂੰ, ਇਹ ਮਤਲਬ ਹਲੇ ਇਹ ਤਾਂ ਮਿਹਨਤ ਬਹੁਤ ਆ ਭਾਈ, ਹੈ ਕਿ ਨਹੀਂ? ਭਾਅ ਜੀ ਮੁਕਾਮ ਤੁਸੀਂ ਕਿਹਨੂੰ ਕਹਿਣ ਦਿਓ, ਮੁਕਾਮ ਕਿਹਨੂੰ ਕਹਿੰਦੇ ਹੋ ਤੁਸੀਂ? ਜਿੱਦਾਂ ਮਤਲਬ ਬੰਦਾ ਆਪਣੇ ਆਪ ਨੂੰ ਉੱਪਰਲੇ ਲੈਵਲ ਤੱਕ ਪਹੁੰਚਾਉਣਾ ਚਾਹੁੰਦਾ ਕਿ ਹਲੇ ਤੁਹਾਨੂੰ ਉਹ ਲੈਵਲ ਮਿਲਿਆ ਨਹੀਂ ਸ਼ਾਇਦ? ਭਾਅ ਜੀ ਮੈਂ ਬਹੁਤ ਉੱਚੇ ਮੁਕਾਮ 'ਤੇ ਵੀ ਚਲਾ ਜਾਊਂਗਾ ਨਾ, ਹਾਂਜੀ, ਅਤੇ ਮੈਂ ਮੰਨੂੰਗਾ ਹੀ ਨਹੀਂ ਮੈਂ ਕਿਸੇ ਮੁਕਾਮ 'ਤੇ ਹਾਂ। ਮੈਂ ਹਲੇ ਵੀ ਨਹੀਂ ਮੰਨਦਾ ਮੈਂ ਕਿਸੇ ਮੁਕਾਮ 'ਤੇ ਹਾਂ, ਮੈਂ ਕੁਛ ਕੀਤਾ ਹੀ ਨਹੀਂ ਭਾਅ ਜੀ, ਹਲੇ ਵੀ ਕੁਛ ਨਹੀਂ ਕੀਤਾ। ਜਦੋਂ ਬਹੁਤ ਜ਼ਿਆਦਾ ਕਰ ਲੂੰਗਾ ਉਦੋਂ ਵੀ ਭਾਅ ਜੀ ਕੁਛ ਨਹੀਂ ਕੀਤਾ, ਕਿਉਂਕਿ ਇੰਡਸਟਰੀ ਇੱਦਾਂ ਦੀ ਆ ਭਾਅ ਜੀ, ਅੱਜ ਤੁਸੀਂ ਸਟਾਰ ਹੋ, ਕੱਲ੍ਹ ਤੁਸੀਂ ਖਤਮ ਹੋ ਭਾਅ ਜੀ।
ਹੋ ਸਕਦਾ ਪਰਸੋਂ ਤੁਸੀਂ ਫਿਰ ਉੱਠ ਜਾਓ। ਕਿਸੇ ਇਸ ਚੀਜ਼ ਦਾ ਭਾਅ ਜੀ ਕੋਈ ਵਿਸ਼ਵਾਸ ਹੈ ਨਹੀਂ। ਇਹ ਇਕੱਲੀ ਇੰਡਸਟਰੀ ਵਿੱਚ ਉੱਪਰ ਥੱਲੇ ਚੱਲਦਾ ਰਹਿੰਦਾ ਭਾਈ, ਇਹਦੇ 'ਚ ਉੱਪਰ ਥੱਲੇ ਚੱਲਦੇ ਰਹਿੰਦਾ। ਨਾ ਤਾਂ ਐਕਟਰ ਨੂੰ 12 ਮਹੀਨੇ ਕੰਮ ਆ, ਨਾ ਰਾਈਟਰ ਨੂੰ 12 ਮਹੀਨੇ ਕੰਮ, 12 ਮਹੀਨੇ ਇੰਡਸਟਰੀ 'ਚ ਕੰਮ ਭਾਅ ਜੀ ਕਿਸੇ ਨੂੰ ਨਹੀਂ ਹੈਗਾ। ਅਤੇ ਉਹ ਜਿਹੜਾ ਮੁਕਾਮ ਛੂਹਣ ਵਾਲੀ ਤੁਸੀਂ ਗੱਲ ਕਰਦੇ ਪਿਓ, ਹਾਂ ਹਰ ਇਨਸਾਨ ਦਾ ਇੱਕ ਇੱਕ ਖੁਆਇਸ਼ ਹੁੰਦੀ ਆ, ਹਰ ਆਰਟਿਸਟ ਦੀ ਖੁਆਇਸ਼ ਹੁੰਦੀ ਆ ਕਿ ਮੈਂ ਫੇਮਸ ਹੋਵਾਂ, ਮੈਂ ਫੇਮਸ ਹੋਵਾਂ, ਹੈ ਨਾ। ਤੋ ਮੇਰੇ ਵੀ ਦੁਨੀਆ ਮੇਰੇ ਨਾਂ 'ਤੇ ਜਾਣਨ, ਲੋਕ ਨਾਮ ਤੋਂ ਜਾਣੇ, ਅਤੇ ਹਾਂ ਜਾਣਦੇ ਵੀ ਆ ਲੋਕ, ਮਿਲਦੇ ਭਾਈ ਆਏਗਾ ਉਹ ਟਾਈਮ, ਉਹ ਦੌਰ ਵੀ ਹੈਗਾ, ਜਾਣਦੇ ਆ ਲੋਕ, ਫੋਟੋਆਂ ਫੋਟੋਆਂ ਕਰਾਉਂਦੇ ਆ, ਕੋਈ ਚੱਕਰ ਨਹੀਂ ਆ। ਬਟ ਮੈਂ ਉਹ ਫੋਟੋਆਂ ਫੇਮਸ ਹੋਣਾ ਉਹ ਦੌਰ ਨੂੰ ਉਹ ਨਹੀਂ ਗਿਣਦਾ। ਮੈਂ ਚਾਹੁੰਦਾ ਕਿ ਮੈਂ ਇੰਨਾ ਕੁ ਕੰਮ ਕਰ ਜਾਵਾਂ ਤਾਂ ਕਿ ਮੇਰੇ ਬਾਰੇ ਲੋਕ ਗੱਲ ਕਰਨ ਕਿ ਉਹ ਬੰਦੇ ਨੇ ਕੰਮ ਕੀਤਾ ਸੀ, ਅਤੇ ਉਹ ਮੇਰੇ ਨਾਲ ਮੈਂ ਕਿੱਥੋਂ ਨਿਕਲਿਆ, ਕਿੱਥੋਂ ਸ਼ੁਰੂ ਕੀਤਾ, ਉਹ ਸਾਰਿਆਂ ਨੂੰ ਵੀ ਜਾਣਨ। ਜੇ ਮੇਰਾ ਕਾਲਜ ਦਾ ਨਾਮ ਆ, ਮੇਰੇ ਕਾਲਜ ਦੇ ਨੂੰ ਵੀ ਲੋਕ ਜਾਣਨ ਕਿ ਇਹ ਕੁਨਾਲ ਦਾ ਕਾਲਜ ਆ, ਕੁਨਾਲ ਉਹ ਐਜ਼ ਐਨ ਰਾਈਟਰ ਅਤੇ ਐਜ਼ ਐਨ ਰੈਕਟਰ ਕੰਮ ਕਰਦਾ ਸੀ, ਇਹ ਉਹਦਾ ਕਾਲਜ ਆ। ਮੇਰੇ ਤੋਂ ਮੇਰੇ ਘਰਦਿਆਂ ਨੂੰ ਜਾਣਿਆ ਜਾਵੇ, ਹਾਂ ਕਿ ਕੁਨਾਲ ਦੇ ਪੇਰੈਂਟਸ ਜਾ ਰਹੇ, ਹੈ ਨਾ, ਕੁਨਾਲ ਦਾ ਦੋਸਤ ਜਾ ਰਹੇ, ਮੇਰੇ ਨਾਮ ਤੋਂ ਜਾਣਿਆ ਜਾਵੇ, ਮੈਂ ਇਹ ਚਾਹੁੰਦਾ। ਉੱਥੇ ਮੈਂ ਮੰਨ ਲੂੰਗਾ ਕਿ ਹਾਂ ਮੈਂ ਕੁਛ ਕੋਈ ਮੁਕਾਮ ਹਾਸਲ ਕਰ ਲਿਆ ਜ਼ਿੰਦਗੀ ਦੇ ਵਿੱਚ। ਸਹੀ ਨਹੀਂ ਤਾਂ ਲੋਕ ਕਹਿੰਦੇ ਬਸ ਪੈਸਾ ਪੈਸਾ ਪੈਸਾ। ਨਹੀਂ ਬਾਈ, ਇੰਡਸਟਰੀ 'ਚ ਪੈਸੇ ਦੀ ਤਾਂ ਕੋਈ ਗੱਲ ਹੀ ਨਹੀਂ ਆ। ਜੇ ਤੁਸੀਂ ਕੰਮ ਕਰ ਰਹੇ ਹੋ ਸਹੀ ਤਰੀਕੇ ਤਾਂ ਪੈਸਾ ਤਾਂ ਭਾਅ ਜੀ ਅੰਨਾ, ਅਤੇ ਜੇ ਸਹੀ ਤਰੀਕੇ ਨਹੀਂ ਕਰ ਰਹੇ ਫਿਰ ਤੁਸੀਂ ਸੜਕਾਂ 'ਤੇ ਵੀ ਆ ਸਕਦੇ ਹੋ। ਸਹੀ ਹੈ ਬਾਈ, ਅਤੇ ਉਹ ਚੀਜ਼ ਚੱਲਦੀ ਰਹਿਣੀ ਆ। ਹੋ ਸਕਦਾ ਕਈ ਵਾਰੀ ਤੁਹਾਡੇ ਖਾਤੇ ਦੇ ਵਿੱਚ 5 ਰੁਪਏ ਵੀ ਰਹਿ ਜਾਣ, ਅਤੇ ਹੋ ਸਕਦਾ ਅਗਲੇ ਦਿਨ 5 ਕਰੋੜ ਵੀ ਪਏ ਹੋਣ, ਉਹ ਕਦੀ ਵੀ ਹੋ ਸਕਦਾ ਭਾਅ ਜੀ। ਇੰਡਸਟਰੀ ਇੱਦਾਂ ਹੀ ਚੱਲਦੀ ਆ ਰਹੀ, ਸਦੀਆਂ ਤੋਂ ਇੱਦਾਂ ਹੀ ਚੱਲਦੀ ਆ ਰਹੀ, ਇਹ ਹੀ ਚੱਲਣੀ ਹੈ। ਗਾਣੇ ਗੁਣੇ ਵੀ ਲਿਖਦੇ ਪਏ ਕਿ ਨਹੀਂ ਕੋਈ? ਨਾ ਨਾ ਭਾਈ, ਗਾਣੇ ਗੁਣੇ ਕਿਹੜੇ, ਗਾਣੇ ਗੁਣੇ ਨਹੀਂ ਲਿਖੀਦੇ। ਉੱਦਾਂ ਜੇ ਲੋੜ ਪਵੇ ਤਾਂ ਲਿਖ ਵੀ ਲਵਾਂਗੇ, ਕਾਹਦੀ ਗੱਲ, ਇੱਕ ਸੁਣਾਈ ਦਿਓ ਫੇਰ। ਮੈਂ ਬਾਈ ਗਾਣੇ ਗੁਣੇ ਗਾਉਂਦਾ ਨਹੀਂ ਵੈਸੇ, ਅਤੇ ਵੈਸੇ ਵੀ ਮੈਂ ਗਾਣਾ ਗਾ ਤੁਹਾਡਾ ਕਾਪੀਰਾਈਟ ਆ ਜਾਣਾ। ਕੋਈ ਗੱਲ ਨਹੀਂ ਭਾਈ, ਗਾ ਦਿਓ ਯਾਰ ਇੱਕ ਗਾਣਾ। ਕਿਹੜਾ ਗਾਣਾ ਗਾਵਾਂ ਦੱਸੋ? ਕੋਈ ਵੀ ਗਾ ਦਿਓ, ਸਾਡੇ ਦਰਸ਼ਕ ਹੱਸ ਪੈਣ। ਅੱਛਾ, ਦਰਸ਼ਕਾਂ ਨੂੰ ਹਸਾਉਣਾ ਆ? ਹੋ ਟੀਟੂ ਮੁੰਡਾ ਕਿੰਨਾ ਸੋਹਣਾ, ਟੀਟੂ ਮੁੰਡਾ ਕਿੰਨਾ ਸੋਹਣਾ, ਇਹਦੇ ਵਰਗਾ ਹੋਰ ਨਹੀਂ ਹੋਣਾ, ਟੀਟੂ ਮੁੰਡਾ ਕਿੰਨਾ ਸੋਹਣਾ। ਆਏ ਆਏ ਸਮਾਈਲ ਦੇਖੋ ਸਾਡੇ ਐਂਕਰ ਦੀ। ਕੁਨਾਲ ਜੀ, ਜਿਵੇਂ ਕਿ ਗੱਲ ਕਰੀਏ, ਅੱਜ ਕੱਲ੍ਹ ਜਿਹੜੀ ਨੌਜਵਾਨ ਪੀੜ੍ਹੀ ਆ, ਜੇ ਉਹੀ ਇਸ ਵੇਲੇ ਕੰਮ ਦੇ ਵਿੱਚ ਆਉਣ ਅਤੇ ਉਹਨਾਂ ਦਾ ਕੈਰੀਅਰ ਅੱਗੇ ਹੈ ਕਿ ਨਹੀਂ? ਮਤਲਬ ਤੁਸੀਂ ਮੈਨੂੰ ਬੁੱਢਾ ਕਹਿਣ ਦਿਓ? ਮਤਲਬ ਦੇਖੋ ਜੀ, ਹੈ ਨਾ, ਇਹਨੂੰ ਪਹਿਲਾਂ ਐਜ਼ ਏ ਕਰੀਅਰ ਮੰਨਿਆ ਨਹੀਂ ਜਾਂਦਾ ਸੀ, ਕਿਉਂਕਿ ਸਾਡੇ ਘਰ ਦੇ ਕਹਿੰਦੇ ਹੁੰਦੇ ਸੀ ਕਿ ਯਾਰ ਜੇ ਤੂੰ ਉੱਥੇ ਚੱਲ ਗਿਆ ਤੈਨੂੰ ਕੁੱਖ ਨਹੀਂ ਮਿਲਣਾ, ਤੈਨੂੰ ਐਂ ਲੋਕਾਂ ਨੇ 100 ਬੰਦਾ ਜਾਂਦਾ ਜੀ, 1000 ਬੰਦਾ ਜਾਂਦਾ ਜੀ, ਕਹਿੰਦੇ ਹੁੰਦੇ ਨਾ, ਕਹਿੰਦੇ ਜਦੋਂ ਬੰਬੇ ਕੋਈ ਬੰਦਾ ਐਕਟਰ ਬਣਨ ਵਾਸਤੇ ਜਾਂਦਾ ਸੀ, ਕਹਿੰਦੇ ਰੋਜ਼ 100 ਬੰਦਾ ਟ੍ਰੇਨ 'ਚ ਉਤਰਦਾ ਜਿਹੜਾ ਕਹਿੰਦਾ ਮੈਂ ਐਕਟਰ ਬਣਨਾ, ਹੈ ਨਾ, ਅਤੇ ਘਰਦਿਆਂ ਨੂੰ ਕਹੋ ਕਿ ਯਾਰ ਐਕਟਰ ਬਣਨਾ, ਕਹਿੰਦੇ ਰੋਜ਼ ਉਤਰਦਾ ਉੱਥੇ, ਤੂੰ ਕਿਵੇਂ ਬਣ ਜਾਏਗਾ, ਉਹਨੂੰ ਲਊਗੇ ਕਿ ਤੈਨੂੰ ਲਊਗੇ, ਹੈ ਨਾ। ਬਟ ਬਾਈ ਉਹ 100 ਸਾਰੇ 100 ਦੇ 100 ਬੰਦੇ ਦੀ ਆਪਣੀ ਆਪਣੀ ਕੁਆਲਿਟੀ ਆ, ਆਪਣੀ ਆਪਣੀ ਕਿਸਮਤ ਆ ਬਾਈ, ਠੀਕ ਆ। ਕਿਹੜੇ ਬੰਦੇ ਨੇ ਕਿਹੜਾ ਟੈਲੈਂਟ ਦਿਖਾ ਕੇ ਕਿਹੜਾ ਕੰਮ ਲੈ ਜਾਣਾ ਤੁਹਾਨੂੰ ਕੋਈ ਨਹੀਂ ਪਤਾ, ਠੀਕ ਆ। ਇਸ ਲਈ ਅੱਜ ਦੇ ਜਿਹੜੇ ਨੌਜਵਾਨ ਆ ਜਿਹੜੇ ਇਸ ਚੀਜ਼ ਨੂੰ ਐਜ਼ ਏ ਕਰੀਅਰ ਕੈਰੀ ਕਰਨਾ ਚਾਹੁੰਦੇ ਆ, ਮੈਂ ਤਾਂ ਕਹਿੰਦਾ ਉਹ ਜ਼ਰੂਰ ਕਰਨ, ਕਿਉਂਕਿ ਬਾਈ ਜੇ ਸਾਰੇ ਡਾਕਟਰ ਬਣ ਜੂਗੇ, ਸਾਰੇ ਇੰਜੀਨੀਅਰ ਬਣ ਜੂਗੇ, ਸਾਰੇ CA ਬਣ ਜੂਗੇ ਬਾਈ, ਕਲਾਕਾਰ ਕੌਣ ਬਣੂਗਾ ਬਾਈ? ਅਤੇ ਕਲਾਕਾਰ ਦੇ ਸਿਰ 'ਤੇ ਹੀ ਸਾਰੇ ਹੱਸੀ ਖੇਡੀ ਜਾਂਦੇ ਆ। ਜੇ ਆਪਾਂ ਥੋੜ੍ਹਾ ਜਿਹਾ ਆਪਣਾ ਮੂਡ ਫਰੈਸ਼ ਕਰਨਾ ਹੁੰਦਾ, ਕੋਈ ਫਿਲਮ ਦੇਖ ਲਈਦਾ, ਕੋਈ ਵੀਡੀਓ ਦੇਖ ਲਈਦੀ ਆ, ਕੋਈ ਯੂਟਿਊਬ ਖੋਲ ਲਈਦਾ, ਅਤੇ ਉਹ ਸਾਰੇ ਬਾਈ ਕਲਾਕਾਰ ਹੀ ਆ ਜਿਹੜੇ ਤੁਹਾਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ। ਜਿਵੇਂ ਬਾਕੀ ਸਾਰੇ ਆਪਣਾ ਕੰਮ ਕਰਦੇ, ਹੁਣ ਕੋਈ ਬੰਦਾ ਸਵੇਰੇ 9 ਵਜੇ ਜਾ ਕੇ ਸ਼ਾਮੀ 5 ਵਜੇ ਥੱਕਿਆ ਟੁੱਟਿਆ ਆਉਂਦਾ ਤਾਂ TV ਲਾ ਲੈਂਦਾ ਤਾਂ ਕਿ ਉਹ ਥੋੜ੍ਹਾ ਉਹਦਾ ਮੂਡ ਫਰੈਸ਼ ਹੋ ਜਾਵੇ। ਉਹਦਾ ਕੰਮ ਤਾਂ 9 ਤੋਂ 5 ਚੱਲਿਆ, ਹੁਣ 5 ਵਜੇ ਤੋਂ ਬਾਅਦ ਕਲਾਕਾਰ ਦਾ ਕੰਮ ਚੱਲੇਗਾ ਉਹਨੂੰ ਖੁਸ਼ ਕਰਨ ਵਾਸਤੇ। ਇੱਕ ਹਸਾਨਾ ਵੀ ਬਹੁਤ ਵੱਡੀ ਕਲਾਕਾਰੀ ਅੱਜ ਕੱਲ੍ਹ। ਬਿਲਕੁਲ ਬਿਲਕੁਲ ਬਾਈ, ਹਰ ਕੋਈ ਬੰਦਾ ਅੱਜ ਕੱਲ੍ਹ
ਫਸਿਆ ਹੀ ਹੋਇਆ ਆਪਣੇ ਆਪਣੇ ਕੰਮਾਂ ਦੇ ਵਿੱਚ, ਦੁਖੀ ਹੈ ਸਾਰੇ, ਮਤਲਬ ਇੱਕ ਬੰਦਾ ਕਲਾਕਾਰ ਹੀ ਜੋ ਬੰਦਿਆਂ ਨੂੰ ਹਸਾ ਸਕਦਾ ਹੈ ਅੱਜ ਕੱਲ੍ਹ ਬਈ। ਦੁਨੀਆਂ 'ਚ ਦੁੱਖ ਬਹੁਤ ਜ਼ਿਆਦਾ, ਅਤੇ ਜੇ ਤੁਸੀਂ ਕਿਸੇ ਨੂੰ ਹਸਾ ਰਹੇ ਹੋ ਤਾਂ ਪੈਸਿਆਂ ਤੋਂ ਜ਼ਿਆਦਾ ਮੈਨੂੰ ਲੱਗਦਾ ਉਹ ਪੁੰਨ ਦਾ ਕੰਮ ਆ, ਹੈ ਨਾ? ਅਤੇ ਜਿਵੇਂ ਹੁਣ ਕਪਿਲ ਸ਼ਰਮਾ ਭਾਅ ਜੀ, ਉਹਨਾਂ ਨੇ ਬਹੁਤ ਪੁੰਨ ਖੱਟ ਲਿਆ, ਸਾਰੀ ਦੁਨੀਆਂ ਨੂੰ ਹਸਾਤਾ ਉਹਨਾਂ ਨੇ, ਹੈ ਨਾ? ਅਤੇ ਉਹ ਕਿਹਾ ਜਾਂਦਾ ਹੈ ਨਾ ਕਿ ਕੋਈ ਬਿਮਾਰ ਵੀ ਹੁੰਦਾ ਅਤੇ ਬਿਮਾਰ ਅੱਜ ਕੱਲ੍ਹ ਡਾਕਟਰ ਪਰਚੀ 'ਤੇ ਲਿਖਦਾ ਕਪਿਲ ਸ਼ਰਮਾ ਸ਼ੋਅ ਦੇਖੋ ਤੁਸੀਂ ਠੀਕ ਹੋਵੋਗੇ। ਉਹ ਕਿਉਂ ਲਿਖਦਾ ਬਾਈ? ਕਿਉਂਕਿ ਅਸੀਂ ਜਿੰਨਾ ਖੁਸ਼ ਰਹਿੰਦੇ ਹਾਂ ਓਨਾ ਹੀ ਠੀਕ ਹੁੰਦੇ ਹਾਂ। ਅਤੇ ਬਾਈ ਮੈਨੂੰ ਇਹ ਲੱਗਦਾ ਕਿ ਸਾਰੇ ਕਲਾਕਾਰਾਂ ਵਾਸਤੇ ਆ ਕਿ ਐਪਰੀਸ਼ੀਏਟ ਕਰੋ, ਜਿੰਨੇ ਵੀ ਲੋਕ ਆ ਸਭ ਕਲਾਕਾਰਾਂ ਨੂੰ ਐਪਰੀਸ਼ੀਏਟ ਕਰ। ਕਲਾਕਾਰਾਂ ਨੂੰ ਬਾਈ ਐਪਰੀਸ਼ੀਏਟ ਨਹੀਂ ਕੀਤਾ ਜਾਂਦਾ, ਉਹਨਾਂ ਦੇ ਕੰਮ ਨੂੰ ਕੰਮ ਨਹੀਂ ਗਿਣਿਆ ਜਾਂਦਾ ਕਿ ਇਹ ਵੀ ਇੱਕ ਕੰਮ ਆ। ਤੁਰੇ ਫਿਰਦੇ ਆ ਲੋਕ, ਇਹੀ ਕਹਿੰਦੇ ਆ ਤੁਰੇ ਫਿਰਦੇ ਗਲੀਆਂ ਦੇ, ਘੁੰਮੀ ਨਜਾਇਜ਼ ਤੁਰੇ ਫਿਰਦੇ। ਜਦੋਂ ਬਾਈ ਅਸੀਂ ਕਾਲਜ ਟਾਈਮ 'ਤੇ ਥੀਏਟਰ ਕਰਦੇ ਸੀ, ਹੈ ਨਾ, ਅਸੀਂ ਪਰਫੋਰਮ ਕਰਨ ਜਾਣਾ, ਬਾਕੀ ਜਿਹੜੇ ਕਲਾਸਾਂ 'ਚ ਬੈਠੇ ਪੜ੍ਹਦੇ ਹੁੰਦੇ ਸੀ ਉਹਨਾਂ ਨੇ ਕਹਿਣਾ ਵਿਹਲੇ ਤੁਰੇ ਫਿਰਦੇ, ਕਦੀ ਕਿਤੇ ਚੱਲ ਜਾਂਦੇ, ਕਦੀ ਕਿਤੇ ਚੱਲ ਜਾਂਦੇ, ਪੜ੍ਹਾਈ ਵਾਲਾ ਕੋਈ ਕੰਮ ਨਹੀਂ ਇੰਨਾ 'ਚ, ਹੈ ਨਾ? ਬਟ ਸਾਡਾ ਵਿਜ਼ਨ ਕਲੀਅਰ ਹੁੰਦਾ ਕਿ ਅਸੀਂ ਕੀ ਕਰਨਾ, ਅਤੇ ਫਿਰ ਅਸੀਂ ਕਰਕੇ ਦਿਖਾਈਦਾ, ਉਹਦੇ ਵਿੱਚ ਕਰਨਾ ਪੈਂਦਾ, ਠੀਕ ਹੈ? ਜੇ ਅਸੀਂ ਘਰ ਦੇ ਤੋਂ ਪਰਮਿਸ਼ਨ ਲਈ ਹੈ ਕਿ ਮੈਂ ਜੀ ਸੀਏ ਨਹੀਂ ਬਣਨਾ, ਮੈਂ ਕਲਾਕਾਰ ਬਣਨਾ, ਬਾਈ ਫਿਰ ਤੁਹਾਨੂੰ ਪ੍ਰੂਵ ਕਰਨਾ ਪੈਣਾ ਪੈਣਾ ਜੇ ਸੀਏ ਬਣਨਾ ਤਾਂ ਫਿਰ ਸੀਏ ਬਣ ਕੇ ਪ੍ਰੂਵ ਕਰੋ, ਜਿਹੜਾ ਕੰਮ ਠਾਣ ਲਿਆ ਬਾਈ ਉਹ ਕਰਕੇ ਹਟੋ। ਅਤੇ ਇਹਨੂੰ ਐਜ਼ ਅ ਕਰੀਅਰ, ਜਿੱਦਾਂ ਤੁਸੀਂ ਕਿਹਾ ਕਿ ਐਜ਼ ਅ ਕਰੀਅਰ ਨੌਜਵਾਨ ਇਹਨੂੰ ਲੈ ਸਕਦੇ ਆ, ਜਿਹਨੂੰ ਇਸ ਚੀਜ਼ ਦਾ ਸ਼ੌਂਕ ਆ ਉਹ ਸਿੱਖੇ, ਸਿੱਖ ਕੇ ਇੰਡਸਟਰੀ 'ਚ ਜਾਵੇ, ਤੁਹਾਨੂੰ ਕੰਮ ਮਿਲੇਗਾ। ਕੁਨਾਲ ਜੀ ਬਹੁਤ ਧੰਨਵਾਦ, ਤੁਸੀਂ ਸਾਨੂੰ ਇੰਨਾ ਸਮਾਂ ਦਿੱਤਾ। ਸਾਡੇ ਚੈਨਲ ਲਈ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਖੁਸ਼ਬੂ ਪੰਜਾਬ ਦੀ ਨੂੰ ਸਾਰੇ ਲਾਈਕ ਕਰੋ, ਸਬਸਕ੍ਰਾਈਬ ਕਰੋ, ਅਤੇ ਵੱਧ ਤੋਂ ਵੱਧ ਇਸ ਚੈਨਲ 'ਤੇ ਆਓ, ਕਿਉਂਕਿ ਟੀਟੂ ਭਾਅ ਜੀ ਬਹੁਤ ਵਧੀਆ ਇੰਟਰਵਿਊ ਕਰਦੇ ਆ। ਅਤੇ ਬਾਕੀ ਸਾਰੇ ਖੁਸ਼ ਰਹੋ, ਆਬਾਦ ਰਹੋ, ਅਤੇ ਕਲਾਕਾਰਾਂ ਨੂੰ ਜ਼ਰੂਰ ਐਪਰੀਸ਼ੀਏਟ ਕਰੋ।